ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸ਼ਲਗਮ ਅਤੇ ਗਾਜਰਾਂ ਦਾ ਇੰਸਟੈਂਟ ਅਚਾਰ, ਜਿਹੜਾ ਕਿ ਫਟਾਫਟ ਹੀ ਤਿਆਰ ਹੋ ਜਾਂਦਾ ਅਤੇ ਨਾਲ ਦੀ ਨਾਲ ਹੀ ਖਾਦਾ ਬਹੁਤ ਹੀ ਵਧੀਆ ਬਣਦਾ। ਆਓ ਸ਼ੁਰੂ ਕਰਦੇ ਹਾਂ ਅਚਾਰ ਬਣਾਉਣਾ। ਦੋਸਤੋ, ਸ਼ਲਗਮ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਅਤੇ ਲੰਮੇ ਲੰਮੇ ਪੀਸ ਇਸ ਦੇ ਕੱਟ ਲੈਣੇ ਆ। ਇਸ ਤਰ੍ਹਾਂ ਇਹ ਫਿੰਗਰਸ ਬਣ ਜਾਣਗੇ। ਤੁਸੀਂ ਜਿਹੜੀ ਮਰਜ਼ੀ ਸ਼ੇਪ 'ਚ ਕੱਟ ਸਕਦੇ ਹੋ। ਸੇਮ ਹੀ ਗਾਜਰਾਂ ਆਪਾਂ ਇਸੇ ਤਰ੍ਹਾਂ ਹੀ ਕੱਟ ਲੈਣੀਆਂ। ਦੇਖੋ ਕਿਸ ਤਰ੍ਹਾਂ ਇਹ ਫਿੰਗਰਸ ਇੱਦਾਂ ਆਪਾਂ ਕੱਟ ਲੈਣੀਆਂ। ਦੋਸਤੋ, ਆਪਾਂ ਗਾਜਰਾਂ ਵੀ ਇਸੇ ਤਰ੍ਹਾਂ ਹੀ ਫਿੰਗਰਸ ਦੀ ਤਰ੍ਹਾਂ ਲੰਮੀਆਂ ਲੰਮੀਆਂ ਕੱਟ ਲੈਣੀਆਂ। ਇਸ ਤਰ੍ਹਾਂ ਦੇਖੋ, ਤੁਸੀਂ ਛੋਟੇ ਪੀਸ ਵੀ ਕਰ ਸਕਦੇ ਹੋ, ਪਰ ਮੈਂ ਇਸ ਤਰ੍ਹਾਂ ਕੱਟ ਰਿਹਾ। ਤੁਸੀਂ ਕਰਾਰਾ ਖਾਣਾ ਚਾਹੁੰਦੇ ਹੋ ਤਾਂ ਇਸ ਵਿੱਚ ਆਪਾਂ 3-4 ਹਰੀਆਂ ਮਿਰਚਾਂ ਐਡ ਕਰ ਲਵਾਂਗੇ ਅਕੋਰਡਿੰਗ ਟੂ ਟੇਸਟ। ਦੋਸਤੋ, ਹੁਣ ਆਪਾਂ ਐਡ ਕਰਾਂਗੇ ਇਸ ਵਿੱਚ ਮਸਾਲੇ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਪੁਰਾਣਾ ਅੰਬ ਦਾ ਅਚਾਰ ਦਾ ਮਸਾਲਾ, ਠੀਕ ਹੈ। ਉਸ ਤੋਂ ਬਾਅਦ ਪਾਵਾਂਗੇ ਨਮਕ ਸਵਾਦ ਅਨੁਸਾਰ, ਜਿੰਨਾ ਕਿ ਤੁਸੀਂ ਅਕੋਰਡਿੰਗ ਟੂ ਟੇਸਟ ਚਾਹੁੰਦੇ ਹੋ। ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਰੰਗ ਵਾਸਤੇ ਹਲਦੀ, ਇਹਦੇ ਨਾਲ ਇਸਦਾ ਕਲਰ ਅੱਛਾ ਆਏਗਾ। ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਮਿਕਸ ਕਰ ਲਾਂਗੇ।
लो जी अचार बन के तैयार हो चुका है। इनू तुसी इंस्टेंट खाओ ते नज़ारे लाओ।